A South Asian Canadian channel. ਚੜੂਨੀ ਸੰਯੁਕਤ ਮੋਰਚੇ ਵੱਲੋਂ ਜਿਨੇ ਕਿ ਅੱਜ ਚੋਣ ਪ੍ਰਚਾਰ ਕਰਨ ਲਈ ਕਿਸਾਨ ਬੁੱਟਾ ਸਿੰਘ ਸ਼ਾਦੀਪੁਰ ਦੇ ਚੋਣ ਪ੍ਰਚਾਰ ਦੇ ਹੱਕ ਵਿੱਚ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਸ ਤਰ੍ਹਾਂ ਜਿਹੜੀ ਚੋਣ ਮੁਹਿੰਮ ਆ ਉਹ ਕਿਸ ਤਰ੍ਹਾਂ ਚੱਲ ਰਹੀ ਆ ਕੀ ਕਹਿੰਦੇ ਚੜੂਨੀ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਹੁੰਗਾਰਾ ਮਿਲ ਰਿਹਾ ਲੋਕਾਂ ਦਾ ਜਿਹੜਾ ਹੁੰਗਾਰਾ ਹੈ ਆਮ ਜਨਮਾਨਸ ਦਾ ਉਹ ਬਹੁਤ ਚੰਗਾ ਹੈ ਤੇ ਬਹੁਤ ਸਾਡੇ ਪੱਖ ਦੇ ਵਿੱਚ ਹੈ ਇਸ ਵਾਰੀ ਲੋਕ ਬਦਲਾਅ ਚਾਹ ਰਹੇ ਨੇ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੈ ਦੁਖੀ ਹੋਣਾ ਵੀ ਚਾਹੀਦਾ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਤਬਾਹ ਕਰਤਾ ਉਹਨੂੰ ਨਹੀਂ ਬੰਨਿਆ ਪਤਾਲ ਚਲਾ ਗਿਆ ਬਿਮਾਰੀਆਂ ਫੈਲ ਗਈਆਂ ਪੰਜਾਬ ਦੇ ਵਿੱਚ ਅੱਜ ਕੋਈ ਰਹਿਣਾ ਨਹੀਂ ਚਾਹ ਰਿਹਾ ਏਜੰਟ ਲੁੱਟ ਰਹੇ ਨੇ ਬਾਹਰ ਨੂੰ ਭੱਜ ਰਹੇ ਨੇ ਲੋਕ ਬਿਮਾਰੀ ਦਾ ਕੋਈ ਇਲਾਜ ਨਹੀਂ ਕਰਾਉਂਦਾ ਜਿਹੜੀ ਪੜ੍ਹਾਈ ਹੈ ਉਹਦਾ ਇੱਥੇ ਬੇੜਾ ਗਰਕ ਹੋ ਗਿਆ ਜਿਹੜਾ ਕਿਸਾਨ ਹੈ ਉਹ ਕਰਜ਼ੇ ਦੇ ਵਿੱਚ ਇੱਥੇ ਸ਼ੋਸ਼ਣ ਕਰ ਰਿਹਾ ਨਸ਼ਾ ਇੱਥੇ ਜੇ ਤੁਸੀਂ ਦੇਖੋ ਪੂਰੇ ਭਾਰਤ 'ਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੈ ਰਿਸ਼ਵਤਖੋਰੀ ਇੱਥੇ ਸਭ ਤੋਂ ਵੱਧ ਹੈ ਇਹ ਜਿਹੜੀ ਪਾਰਟੀ ਰਵਾਇਤੀ ਪਾਰਟੀਆਂ ਨੇ ਦੇਸ਼ ਦੀ ਹਾਲਤ ਪੰਜਾਬ ਦੀ ਹਾਲਤ ਕਰਤੀ ਉਸ 'ਤੇ ਉਹਦੇ ਵਿੱਚ ਬਦਲਾਓ ਚਾਹੁੰਦੀ ਹੈ ਜਨਤਾ ਅਤੇ ਉਹਦਾ ਇੱਕ ਵਿਕਲਪ ਅਸੀਂ ਦਿੱਤਾ ਹੈ ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਆਪਾਂ ਇਕੱਠੇ ਅੰਦੋਲਨ ਲੜ ਇਲੈਕਸ਼ਨ ਲੜ ਰਹੇ ਹਾਂ ਅਤੇ ਸਨੌਰ ਸੀਟ ਤੋਂ ਬੁੱਟਾ ਸਿੰਘ ਜੀ ਸ਼ਾਦੀਪੁਰ ਇੱਥੋਂ ਉਮੀਦਵਾਰ ਨੇ ਜਿਹੜੇ ਬੜੇ ਸੰਘਰਸ਼ੀ ਅਤੇ ਬੜੇ ਪੁਰਾਣੇ ਟਾਈਮ ਤੋਂ ਸੇਵਾ ਕਰ ਰਹੇ ਨੇ A South Asian Canadian channel.